ਇੱਕ ਤਾਂ ਮੈਂ ਤੁਹਾਡਾ ਬੜਾ ਮਸ਼ਹੂਰ ਹਾਂ ਕਿ ਤੁਸੀਂ ਸਾਨੂੰ ਬੜੇ ਪਿਆਰ ਮੁਹੱਬਤ ਨਾਲ ਸਾਡਾ ਔਰ ਹਮੇਸ਼ਾ ਡੱਬ ਯੂਨੀਅਨ ਕੌਂਸਲ ਹੋਵੇ, ਜ਼ੈਦੀ ਟਾਊਨ ਹੋਵੇ, ਜ਼ੈਦੀ ਟਾਊਨ ਵੀ ਤਾਂ ਡੱਬ ਦਾ ਹਿੱਸਾ ਹੈ ਨਾ, ਅਤੇ ਇੱਥੋਂ ਹਮੇਸ਼ਾ ਸਾਨੂੰ ਬਹੁਤ ਬੜਾ ਪਿਆਰ ਮਿਲੇ ਔਰ ਬਹੁਤ ਬੜੀ ਸਪੋਰਟ ਮਿਲੀ ਹੈ। ਔਰ ਬਲਕਿ ਮੈਂ ਘਰ ਵੀ ਪਿਪਲਾ ਬਹਿ ਕੇ ਗੱਲ ਕਰੇ ਨਾ ਕਿ ਜਿਹੜਾ ਡੱਬ ਦਾ ਰਿਜ਼ਲਟ ਆਉਂਦਾ ਹੈ, ਮੌਜ਼ੇ ਦਾ ਰਿਜ਼ਲਟ ਆਉਂਦਾ ਹੈ, ਚਾਹੇ ਜ਼ੈਦੀ ਟਾਊਨ ਹੋਵੇ ਜਾਂ ਸ਼ਹਿਰ ਹੋਵੇ, ਉਹ ਤਕਰੀਬਨ ਰਿਜ਼ਲਟ ਤੁਹਾਡਾ ਪਿਪਲਾਂ ਦੇ ਬਰਾਬਰ ਆਉਂਦਾ ਹੈ। ਤਾਂ ਅਸਾਂ ਤਾਂ ਇਹ ਸਮਝੇ ਨੇ ਕਿ ਇਹ ਵੀ ਪਿਪਲਾਂ ਦਾ ਅੱਲਾ ਦੇ ਹੁਕਮ ਨਾਲ ਹਿੱਸਾ ਹੈ ਔਰ ਤੁਸੀਂ ਸਾਡੇ ਭਾਈ ਹੋ। ਅਗਲੀ ਗੱਲ ਜਿਹੜੀ ਰਹਿ ਗਈ ਕਿ ਤਬਦੀਲੀ ਦਾ ਸਾਲ ਹੈ, 2018 ਵਾਲਾ ਜਿਹੜਾ ਇਲੈਕਸ਼ਨ ਹੈ, ਇਹ ਕਤਨ ਇਸ ਨੂੰ ਇੰਝ ਨਾ ਦੇਖੋ ਕਿ ਇਹ ਮੁਹੰਮਦ ਸਿਪਤੈਨ ਖਾਨ ਦਾ ਇਲੈਕਸ਼ਨ ਹੈ ਜਾਂ ਅਮਜਦ ਅਲੀ ਖਾਨ ਦਾ ਇਲੈਕਸ਼ਨ ਹੈ ਜਾਂ ਮਲਿਕ ਅਹਿਮਦ ਖਾਨ ਬੱਚਰ ਦਾ ਇਲੈਕਸ਼ਨ ਹੈ। ਨਹੀਂ ਨਹੀਂ, ਇਹ ਇਲੈਕਸ਼ਨ ਤੁਹਾਡੀ ਆਪਣੀ ਬਕਾ ਦਾ ਇਲੈਕਸ਼ਨ ਹੈ। ਇਹ ਜਿਹੜੇ ਬੱਚੇ ਬੈਠੇ ਨੇ ਇਹਨਾਂ ਦਾ ਮੁਸਤਕਬਿਲ ਸਵਾਰਨ ਦਾ ਇਲੈਕਸ਼ਨ ਹੈ। 400 ਅਰਬ ਰੁਪਇਆ 27 ਕਿਲੋਮੀਟਰ ਮੈਟਰੋ 'ਤੇ, ਲਾਹੌਰ 27 ਕਿਲੋਮੀਟਰ 'ਤੇ ਲੱਗਦਾ ਪਈ ਹੈ, 400 ਅਰਬ ਰੁਪਇਆ, ਕਿਉਂਕਿ ਨਵਾਜ਼ ਸ਼ਰੀਫ ਔਰ ਸ਼ਹਿਬਾਜ਼ ਸ਼ਰੀਫ ਆਦਿਨ ਕਿ ਲਾਹੌਰ ਸਾਡਾ ਘਰ ਹੈ। ਤਾਂ ਸਾਡੇ ਵਾਸਤੇ ਫਖਰ ਦੀ ਗੱਲ ਨਹੀਂ ਕਿ 70 ਸਾਲ ਤੋਂ ਬਾਅਦ ਜਿਹੜਾ ਮੁਤਵੱਕੇ ਵਜ਼ੀਰ ਆਜ਼ਮ ਹੈ, ਉਹ ਤੁਹਾਡੀ ਮਿੱਟੀ ਦਏ, ਉਹ ਤੁਹਾਡੇ ਜ਼ਿਲ੍ਹੇ ਦਏ, ਉਹ ਮੀਆਂਵਾਲੀ ਸ਼ਹਿਰ ਦਏ, ਉਹ ਮੀਆਂਵਾਲੀ ਜ਼ਿਲ੍ਹੇ ਦਾ ਵਜ਼ੀਰ ਆਜ਼ਮ ਹੈ। ਇਸ ਤੋਂ ਵੱਡੀ ਤਰੱਕੀ ਮੇਰਾ ਖਿਆਲ ਹੈ ਕਿ ਜਿਹੜੇ ਵੇਲੇ ਅੱਲਾ ਪਾਕ ਦੇ ਫਜ਼ਲੋ ਕਰਮ ਦੇ ਨਾਲ ਵਜ਼ੀਰ ਆਜ਼ਮ ਮੀਆਂਵਾਲੀ ਦਾ ਬਣਦਾ ਪੀ ਹੈ, ਤਾਂ ਅਸਾਂ ਅਗਲੀਆਂ ਗੱਲਾਂ ਕੀ ਕਰੂੰ ਬਈ, ਕਿ ਤਰੱਕੀ ਦਾ ਮਿਆਰ ਹੋ ਸੀ ਅਤੇ ਕੀ ਤਰੱਕੀ ਹੋ ਸੀ। ਤੁਸੀਂ ਆਪ ਇਹ ਸੋਚੋ ਕਿ ਜਿਹੜੇ ਵੇਲੇ ਵਜ਼ੀਰ ਆਜ਼ਮ ਤੁਹਾਡੇ ਘਰ ਦਾ ਹੋਵੇ, ਤਾਂ ਵੱਧ ਕੋਈ ਗੁੰਜਾਇਸ਼ ਰਹਿ ਗਈ ਪਿੱਛੋਂ ਤਰੱਕੀ ਵਾਲੀ? ਤਾਂ ਇਨਸ਼ਾਅੱਲਾ ਮੀਆਂਵਾਲੀ ਜ਼ਿਲ੍ਹਾ, ਔਰ ਹੁਣ ਉਹ ਵਜ਼ੀਰ ਆਜ਼ਮ ਸਿਰਫ ਮੀਆਂਵਾਲੀ ਜ਼ਿਲ੍ਹੇ ਤੱਕ ਮਹਦੂਦ ਨਹੀਂ, ਹੁਣ ਇਮਰਾਨ ਖਾਨ ਮੀਆਂਵਾਲੀ ਜ਼ਿਲ੍ਹੇ ਤੋਂ ਅੱਗਾ ਨਿਕਲ ਗਈ ਹੈ, ਪੰਜਾਬ ਤੋਂ ਅੱਗਾ ਨਿਕਲ ਗਈ ਹੈ। ਇਸ ਵੇਲੇ ਪੂਰੇ ਪਾਕਿਸਤਾਨ ਵਿੱਚ PTI ਫੈਲੀ ਪਈ ਹੈ, ਪੂਰੇ ਪਾਕਿਸਤਾਨ ਵਿੱਚ ਇਮਰਾਨ ਖਾਨ ਦਾ ਨਾਂ ਚਵੀਂਦਾ ਪਈ ਹੈ। ਔਰ ਇੱਕ ਗੱਲ ਕਿ ਜਿੱਥੇ ਇਮਰਾਨ ਖਾਨ ਦਾ ਨਾਂ ਚਵੀ ਸੀ, ਨਾਲ ਜ਼ਿਲ੍ਹੇ ਮੀਆਂਵਾਲੀ ਦਾ ਵੀ ਨਾਂ ਚਵੀ ਸੀ। ਇਹ ਬਹੁਤ ਬੜੀ ਫਖਰ ਵਾਲੀ ਗੱਲ ਹੈ। ਔਰ ਅਗਲੀ ਗੱਲ ਕਿ ਦੇਖੋ, ਮੀਆਂ ਨਵਾਜ਼ ਸ਼ਰੀਫ ਵਗੈਰਾ ਪੂਰੀ ਜ਼ਿੰਦਗੀ ਉਹ ਜਿਹੜਾ ਕੰਪੇਨਾਂ ਸ਼ੁਰੂ ਕਰੇਂਦੇ ਹਨ, ਉਹ ਲਾਹੌਰ ਤੋਂ ਸ਼ੁਰੂ ਕਰੇਂਦੇ ਹਨ। ਪੀਪਲ ਪਾਰਟੀ ਵਾਲੇ ਜਿੱਦਾਂ ਕੰਪੇਨਾਂ ਸ਼ੁਰੂ ਕਰੇਂਦੇ ਹਨ, ਉਹ ਲੜਕਾਨਾ ਤੋਂ ਕਰੇਂਦੇ ਹਨ। ਤੁਸਾਂ ਮੈਨੂੰ ਇਹ ਦੱਸੋ ਮੀਆਂਵਾਲੀ ਵਾਲੇ ਦੋਸਤੋ ਭਾਈਓ, ਕਿ ਇਮਰਾਨ ਖਾਨ ਨੇ ਕੰਪੇਨ ਸ਼ੁਰੂ ਕਿੱਥੋਂ ਕੀਤੀ? ਕਿਉਂਕਿ ਮੀਆਂਵਾਲੀ ਉਹਦਾ ਘਰ ਹੈ, ਉਸਨੂੰ ਮੀਆਂਵਾਲੀ ਨਾਲ ਲਗਾਓ ਹੈ, ਉਸਨੂੰ ਮੀਆਂਵਾਲੀ ਨਾਲ ਮੁਹੱਬਤ ਹੈ, ਉਸਨੂੰ ਮੀਆਂਵਾਲੀ ਨਾਲ ਉਨਸ ਹੈ। ਅਸੀਂ ਇਹ ਦੁਆ ਕਰੇ ਨੇ ਕਿ ਰਲ ਮਿਲ ਕੇ ਇਨਸ਼ਾਅੱਲਾ ਬੱਲੇ ਨੂੰ ਕਾਮਯਾਬ ਕਰੂੰ, ਔਰ ਅੱਲਾ ਦੇ ਹੁਕਮ ਨਾਲ ਹਕੂਮਤ ਤੁਹਾਡੀ ਔਰ ਇਨਸ਼ਾਅੱਲਾ ਵਜ਼ੀਰ ਆਜ਼ਮ ਤੁਹਾਡਾ। ਇਨਸ਼ਾਅੱਲਾ, ਬੜੀ ਮਿਹਰਬਾਨੀ, ਸ਼ੁਕਰੀਆ।